ਸਾਡੀ ਪੰਜਾਬੀ ਇੰਡਸਟਰੀ ਅਤੇ ਸਾਡੇ ਪੰਜਾਬੀ ਆਰਟਿਸਟ ਦੋਨੋਂ ਹੀ ਬਹੁਤ ਜ਼ਿਆਦਾ ਟੈਲੈਂਟਡ ਨੇ। ਜਿੱਥੇ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਦਿਨ ਨਵਾਂ ਟੈਲੈਂਟ ਐਂਟਰ ਕਰਦਾ ਹੈ, ਉੱਥੇ ਸਾਡੀ ਪੰਜਾਬੀ ਇੰਡਸਟਰੀ ਦੇ ਆਰਟਿਸਟ ਆਪਣੇ ਹੁਨਰ ਨੂੰ ਨਿਹਾਰਦੇ ਨੇ ਇਸ ਇੰਡਸਟਰੀ ਦੇ ਵਿੱਚ ਰਹਿੰਦੇ ਹੋਏ। ਅਤੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੋਨੋਂ ਨਾਲ ਨਾਲ ਤੁਰਦੇ ਨੇ। ਅਤੇ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਪੰਜਾਬੀ ਇੰਡਸਟਰੀ ਦੇ ਅਜਿਹੇ ਹੀ ਮਲਟੀ ਟੈਲੈਂਟਡ ਆਰਟਿਸਟ ਦੀ, ਜੋ ਸਿੰਗਰ ਵੀ ਨੇ, ਲਿਰਿਸਿਸਟ ਵੀ ਨੇ ਅਤੇ ਹੁਣ ਐਕਟਰ ਵੀ ਬਣਨ ਜਾ ਰਹੇ ਨੇ। ਅਤੇ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਬਾਕਮਾਲ ਸਿੰਗਰ ਐਂਡ ਲਿਰਿਸਿਸਟ ਸਿੰਘਾ ਦੀ, ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਐਂਟਰਟੇਨ ਕੀਤਾ ਆਪਣੇ ਗਾਣਿਆਂ ਦੇ ਨਾਲ ਅਤੇ ਆਪਣੀ ਰਾਈਟਿੰਗ ਦੇ ਨਾਲ, ਅਤੇ ਹੁਣ ਉਹ ਸਾਨੂੰ ਸਾਰਿਆਂ ਨੂੰ ਇੰਜੋਏ ਕਰਾਉਣਗੇ ਆਪਣੀ ਐਕਟਿੰਗ ਸਕਿੱਲਸ ਦੇ ਨਾਲ। ਅਤੇ ਜੇ ਹੁਣ ਮੈਂ ਗੱਲ ਕਰਾਂ ਸਿੰਘਾ ਦੇ ਰਾਈਟਿੰਗ ਦੀ, ਤਾਂ ਉਹਨਾਂ ਨੇ ਕਈ ਹਿੱਟ ਸੌਂਗਸ ਲਿਖੇ ਜਿਵੇਂ ਕਿ ਬ੍ਰਦਰਹੁੱਡ, ਬਦਨਾਮ, 21 Century, ਯੂ। ਅਤੇ ਉੱਥੇ ਸਿੰਘਾ ਨੇ ਆਪਣੇ ਕਈ ਹਿੱਟ ਸੌਂਗਸ ਉੱਤੇ ਆਪਣੀ ਵਧੀਆ ਆਵਾਜ਼ ਦੇ ਵਿੱਚ ਜਿਵੇਂ ਕਿ ਸ਼ੇ, ਵਨ ਮੈਨ, ਜੱਟ ਦੀ ਈਗੋ, ਓਨਲੀ ਯੂ ਅਤੇ ਮੋਸਟ ਵਾਂਟਡ ਜੱਟੀ। ਅਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਸ਼ੇ ਸੌਂਗ ਸਿੰਘਾ ਦਾ ਬਹੁਤ ਜ਼ਿਆਦਾ ਹਿੱਟ ਨੰਬਰ ਸੀਗਾ, ਜਿਸ ਦੀ ਆਡੀਓ ਉਹਨਾਂ ਨੇ ਰਿਲੀਜ਼ ਕੀਤੀ ਸੀ। ਅਤੇ ਇਸ ਦੇ ਵਧੀਆ ਰਿਸਪੌਂਸ ਨੂੰ ਦੇਖਦੇ ਹੋਏ ਹਾਲ ਹੀ ਦੇ ਵਿੱਚ ਸਿੰਘਾ ਨੇ ਇਸ ਦੀ ਅਫੀਸ਼ੀਅਲ ਵੀਡੀਓ ਨੂੰ ਵੀ ਰਿਲੀਜ਼ ਕੀਤਾ ਸੀ, ਜਿਸ ਨੂੰ ਲੋਕਾਂ ਨੇ ਉਨਾ ਹੀ ਪਿਆਰ ਦਿੱਤਾ। ਅਤੇ ਉਹਨਾਂ ਦੇ ਲਾਸਟ ਸੌਂਗ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਲਾਸਟ ਸੌਂਗ ਸੀ ਹੌਬੀਜ਼, ਜਿਸ ਦੇ ਵਿੱਚ ਉਹਨਾਂ ਦਾ ਉਹੀ ਜਿਹਾ ਅਵਤਾਰ ਸਾਨੂੰ ਨਜ਼ਰ ਆਇਆ ਸੀ ਜਿਵੇਂ ਕਿ ਉਹਨਾਂ ਦੀ ਗੈਂਗਸਟਰ ਲੁਕਸ ਅਤੇ ਬੰਦੂਕਾਂ ਦੀ ਗੱਲਾਂ। ਅਤੇ ਹੁਣ ਮੈਂ ਗੱਲ ਕਰਨ ਜਾ ਰਹੀ ਹਾਂ ਸਿੰਘਾ ਦੇ ਅਪਕਮਿੰਗ ਪ੍ਰੋਜੈਕਟ ਸੀ, ਜਿਸ ਦੇ ਵਿੱਚ ਉਹਨਾਂ ਦਾ ਕੋਈ ਨਵਾਂ ਸੌਂਗ ਨਹੀਂ ਹੈ, ਪਰ ਉਹ ਹੈ ਇੱਕ ਨਵੀਂ ਅਪਕਮਿੰਗ ਫਿਲਮ। ਜੀ ਹਾਂ, ਉਹ ਲੈ ਕੇ ਆ ਰਹੇ ਨੇ ਆਪਣੀ ਅਪਕਮਿੰਗ ਫਿਲਮ, ਜਿਸ ਦਾ ਟਾਈਟਲ ਹੈ ਸਯੋਨੀ। ਅਤੇ ਇਸ ਫਿਲਮ ਦੇ ਬਾਰੇ ਉਹਨਾਂ ਨੇ ਦੱਸਿਆ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਫੋਟੋ ਨੂੰ ਸ਼ੇਅਰ ਕਰਦੇ ਹੋਏ, ਜਿੱਥੇ ਉਹਨਾਂ ਨੇ ਕਲੈਪਬੋਰਡ ਫੜਿਆ ਹੋਇਆ ਔਰ ਉਹਨਾਂ ਦੇ ਨਾਲ ਇੱਕ ਕੁੜੀ ਸਾਨੂੰ ਨਜ਼ਰ ਆ ਰਹੀ ਹੈ। ਐਂਡ ਆਈ ਐਮ ਸ਼ੋਰ ਕਿ ਉਹ ਕੁੜੀ ਉਹਨਾਂ ਦੀ ਫਿਲਮ ਦੀ ਲੀਡ ਐਕਟ੍ਰੈਸ ਹੈ, ਪਰ ਉਹ ਕੁੜੀ ਕੌਣ ਹੈ ਇਹ ਤਾਂ ਸਾਨੂੰ ਸਿੰਘਾ ਹੀ ਰਿਵੀਲ ਕਰਨਗੇ। ਪਰ ਤੁਸੀਂ ਚੈੱਕ ਕਰੋ ਇਸ ਪਿਕਚਰ ਨੂੰ। ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਕਦਮ ਰੱਖਦੇ ਨੇ ਸਿੰਗਿੰਗ ਕਰੀਅਰ ਦੇ ਨਾਲ, ਉਹ ਆਪਣੇ ਐਕਸਪੈਰੀਮੈਂਟ ਜ਼ਰੂਰ ਕਰਦੇ ਨੇ ਐਕਟਿੰਗ ਕਰੀਅਰ ਦੇ ਵਿੱਚ, ਅਤੇ ਉਹਨਾਂ ਨੂੰ ਕਾਮਯਾਬੀ ਵੀ ਹਾਸਲ ਹੁੰਦੀ ਹੈ, ਜਿਵੇਂ ਕਿ ਜੱਸੀ ਗਿੱਲ, ਦਿਲਜੀਤ ਦੋਸਾਂਝ, ਐਮੀ ਵਿਰਕ, ਪਰਮੇਸ਼ ਵਰਮਾ ਅਤੇ ਹਾਰਡੀ ਸੰਧੂ। ਇਹਨੇ ਕੁਝ ਨਾਮ, ਪਰ ਇਸ ਲਿਸਟ ਦੇ ਵਿੱਚ ਹੁਣ ਨਾਮ ਐਡ ਹੋਵੇਗਾ ਸਿੰਘਾ ਦਾ ਵੀ, ਜੋ ਬਹੁਤ ਜਲਦ ਸਾਨੂੰ ਇੰਪ੍ਰੈਸ ਕਰਨਗੇ ਆਪਣੀ ਐਕਟਿੰਗ ਸਕਿੱਲ ਦੇ ਨਾਲ ਵੀ। ਪਰ ਤੁਸੀਂ ਕਿੰਨੇ ਕੁ ਐਕਸਾਈਟਡ ਹੋ ਸਿੰਘਾ ਨੂੰ ਔਨ ਸਕਰੀਨ ਦੇਖਣ ਦੇ ਲਈ ਫਿਲਮ ਸਯੋਨੀ ਦੇ ਵਿੱਚ? ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਅਤੇ ਇਹੋ ਜਿਹੇ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਤੇ ਬੈਲ ਆਈਕਨ ਨੂੰ ਕਲਿੱਕ ਕਰੋ। ਪਰ ਇਹ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰ